ਲੇਖਕ ਧਰਤ ਬਾਰੇ ਲਿਖਣ ਆਕਾਸ਼ ਬਾਰੇ ਲਿਖਣ ਖੇਤਾਂ ਬਾਰੇ ਲਿਖਣ ਦਰਿਆਵਾਂ ਬਾਰੇ ਲਿਖਣ ਸਰਕਾਰਾਂ ਬਾਰੇ ਲਿਖਣ ਪੂਰੇ ਸੰਸਾਰ ਬਾਰੇ ਲਿਖਣ ਅਤੇ ਆਪਣੇ ਬਾਰੇ ਵੀ ਲਿਖਣ ਲੇਖਕ ਆਪਣਾ ਵਹੀ ਖਾਤਾ ਵੀ ਫਰੋਲਣ ਆਪਣੇ ਅੰਦਰ ਵੀ ਉਤਰਨ ਤੇ ਖੁਦ ਨੂੰ ਹੀ ਪਹਿਚਾਨ ਇਹ ਗੰਭੀਰ ਅਰਥ ਭਰਪੂਰ ਤੇ ਚੇਤਨ ਗੱਲਾਂ ਸ਼ਰੋਮਣੀ ਕਵੀ ਦਰਬਾਰ ਬੋਟਰ ਨੇ ਕੀਤੀਆਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਪਵਨ ਵਿਖੇ ਕਰਵਾਏ ਗਏ ਤਿੰਨ ਪਛਾਈ ਕਵੀ ਦਰਬਾਰ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਅਤੇ ਸ਼ਰੋਮਣੀ ਕਵੀ ਦਰਸ਼ਨ ਬੁੱਟਰ ਹੋਰਾਂ ਨੇ ਆਪਣੀਆਂ ਨਜ਼ਮਾਂ ਦੇ ਨਾਲ ਨਾਲ ਆਪਣੇ ਅਰਥ ਭਰਪੂਰ ਵਿਚਾਰਾਂ ਦੀ ਥਾਂਜ ਵੀ ਪਾਈ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਕਰਵਾਏ ਗਏ ਤਿੰਨ ਪਛਾਈ ਕਵੀ ਦਰਬਾਰ ਮੌਕੇ ਜਿੱਥੇ ਆਏ ਹੋਏ ਮਹਿਮਾਨਾਂ ਕਵੀਆਂ ਤੇ ਸਰੋਤਿਆਂ ਦਾ ਸ਼ਬਦਾਂ ਨਾਲ ਸਵਾਗਤ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਜੀ ਨੇ ਕੀਤਾ ਉਥੇ ਮੁੱਖ ਮਹਿਮਾਨ ਸ਼ਰੋਮਣੀ ਕਵੀ ਦਰਦਰਸ਼ਨ ਬੋਟਰ ਵਿਸ਼ੇਸ਼ ਮਹਿਮਾਨ ਪ੍ਰਸਿੱਧ ਪੰਜਾਬੀ ਸ਼ਹਿਰ ਬਲਵਿੰਦਰ ਸੰਧੂ ਹਿੰਦੀ ਦੇ ਪ੍ਰਸਿੱਧ ਕਵੀ ਅਤੇ ਲੇਖਕ ਪ੍ਰੇਮ ਸਿੰਘ ਹੋਰਾਂ ਦਾ ਸਭਾਂ ਵੱਲੋਂ ਸਵਾਭਲੋ ਸਨਮਾਨ ਕੀਤਾ ਗਿਆ ਇਸ ਤਿੰਨ ਪਸ਼ਾਵੀ ਕਵੀ ਦਰਬਾਰ ਦੀ ਪ੍ਰਧਾਨਗੀ ਮੰਡਲ ਦੀ ਦਰਸ਼ਨ ਬੋਟਰ ਬਲਵਿੰਦਰ ਸੰਧੂ ਪ੍ਰੇਮ ਬਜ ਹੋਰਾਂ ਦੇ ਨਾਲ ਸ਼੍ਰੀ ਰਾਮ ਅਰਸ਼ ਅਸ਼ੋਕ ਪੰਡਾਰੀ ਡਾਇਰ ਬਲਕਾਰ ਸਿੱਧੂ ਅਤੇ ਮਨਜੀਤ ਕੌਰ ਵਿੱਚ ਵੀ ਸ਼ਾਮਲ ਸਨ